स्वागत है दोस्तों आजाद डेयरी फार्म दे विच। जे किसी वीर ने वीडियो बनानी हो मेरे नंबर नाल संपर्क कर सकता है। मेरा मोबाइल नंबर 9780205513। आज दी वीडियो दोस्तों पिंड दाने वाला तहसील नूं धर्मकोट पैंदी आ ते जिला दोस्तों नूं मोगा रहिंदा। दाने वाला दोस्तों फतेहगढ़ पंचूर के बिल्कुल लागे रहिंदा अंबरसर रोड तो जो आने। आज दी वीडियो विच बिल्कुल तीन नाग आ जिहड़े आपां सामने स्क्रीन ते देख रहे हां, दो बिल्कुल सस्ते मुलदे आ एक चंगे दुध वाली फार्म वाली वैड भी पिछे दो नग सूए सवाए आ। डिटेल प्रोपर बाई तो ले लैंदे आ। वीडियो शुरू करने तो पहले रिक्वेस्ट करांगे भी जिहड़े ने वीर ने वीडियो देख रहे लास्ट तक जरूर देखियो ते नाल लगता चैनल भी सबसक्राइब करो ते घंटी का बटन भी दबा दिओ ते फेसबुक ते देखण वाले फेसबुक ते फॉलो कर लो। लास्ट तक दोस्तों तां गल कीती आ तां कि थोड़ी जानकारी अधूरी ना रह जाए, प्रोपर डिटेल थोड़ू मिल जाए। लास्ट तक वीडियो देखा करो। सत श्रीकाल जी। सत श्रीकाल जी। नाम ते एड्रैस दस दो। नाम मेरा रविंदर सिंह, पिंड दाने वाला, जिला मोगा, तहसील धर्मकोट। मोबाइल नंबर बोल दो। मोबाइल नंबर 9855-3176, 9855-3176। ठीक है जी। नंबर दोस्तों भाई दा स्क्रीन ते चलदा थल्ले वाले पासे, जिहड़ा उपरला नंबर ओह मेरा वीडियो बनाउण वास्ते, जेकर तुसीं जानवर लैणा कोई वी ओह थल्ले नंबर भाई दा थल्ले वाले पासे वाला एक नंबर भाई शुरू कर लगे। जिहड़ी आपां देख रहे आ किन्नवां सूआ सूई हुई आ इह दूजा सूआ सूई वीर। किन्ना समां हो गया सूई नूं? सूई नूं अज तीजा दिन आ। तीजा दिन मगर की आ दे? मगर वच्छी आ। ਮਗਰ ਵਛੀ ਜੇਰ ਜੂਰ ਕਿਵੇਂ ਦੀ? ਜੇਰ ਜੂਰ ਹੋ ਕੇ ਪੈ ਗਈ ਜੀ। ਇੱਥੇ ਆਪਣੇ ਕੋਲ ਸੂਈ ਹੁੰਦੀ, ਆਪਾਂ ਵੀਡੀਓ ਬਣਾ ਲੈਂਦੇ, ਸੂਈ ਸਵਾਈ ਲਿਆਂਦੀ ਫਾਰਮ 'ਚ ਵੈੜ ਆਈ ਆ। ਠੀਕ ਆ। ਹਾਂਜੀ, ਵੀਡੀਓ ਵੀ ਆਪਣੇ ਕੋਲ ਪਈ, ਕਹਿਣ ਦੀ ਗੱਲ ਨਹੀਂ, ਫਾਰਮ ਵਾਲੀ ਵੀਡੀਓ ਪਈ ਹੋਈ ਆਪਣੀ। ਠੀਕ ਆ, ਜਿੱਥੋਂ ਲਿਆਂਦੀ ਉਹ ਘਰ ਦੀ ਵੀਡੀਓ ਹੈ। ਹਾਂਜੀ ਹਾਂਜੀ। ਠੀਕ ਆ, ਤੇ ਹੁਣ ਕਿੰਨਾ ਬੋਲਾ ਜਾਂਦਾ ਤੂੰ ਕਿਲ ਕੇ ਬੋਲਾ ਦੁੱਧ? ਬੋਲਾ 20 ਕਿਲੋ 18 ਕਿਲੋ ਦੀ ਗਾਰੰਟੀ ਕੰਡੇ ਨਾਲ ਤੋੜ ਕੇ ਦਿਆਂਗੇ। ਭਾਵੇਂ ਕੋਈ ਦੋ ਟਾਈਮ ਚੋਲੇ? ਦੋ ਟਾਈਮ ਚੋਲੇ, ਚਾਰ ਟਾਈਮ ਚੋਲੇ, ਆਪਣੇ ਘਰ ਤਸੱਲੀ ਆਪਣੇ ਘਰੇ ਕਰਕੇ ਲਿਆਵੇ, ਅਗਲੇ ਪੈਸੇ ਲਾਉਣੇ ਆ ਆਪਣੇ ਘਰੇ ਤਸੱਲੀ ਕਰਕੇ ਲਿਆਵੇ। ਠੀਕ ਆ। ਥਣਾ ਥਣਾ ਦੀ ਕਿਵੇਂ? ਥਣੇ ਦੀ ਓਕੇ, ਚਵਾ ਵੀ ਵਧੀਆ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ। ਠੀਕ ਹੈ, ਸਹੀ ਹੈ। ਤੋਰ ਦੀ ਮਾਰਾ ਗੇੜਾ ਕਢਾ ਦੀ ਦੋਸਤੋ। ਕੱਦ ਕੱਢ ਵੀ ਚੰਗਾ ਗਾ, ਦੂਜਾ ਸੂਆ ਸੂਈ ਹੋਈ ਆ। ਹਵਾਨਾ ਬਹੁਤ ਸੋਹਣਾ ਤੋਰਾ ਦਿਖਾਉਂਦੇ ਆ ਤੁਹਾਨੂੰ। 18 ਲੀਟਰ ਦਾ ਬੋਲ ਹੁਣ ਤਿਆਰ ਆ ਦੋਨਾਂ ਟਾਈਮਾਂ ਦਾ, ਜਿਹੜਾ ਤੁਸੀਂ ਦੋ ਡੰਗ ਚੋ ਲੈਣਾ ਹੈਗਾ। ਬਲੈਕ ਕਲਰ 'ਚ ਪੈਂਦੀ ਹੈ, ਫੁੱਲ ਵਜਨ ਜਾਣ 'ਚ। ਮਗਰ ਇਹਦੇ ਦੋਸਤੋ ਵੱਛੀ, ਉਹ ਵੀ ਦਿਖਾਉਂਦੇ ਆ, ਤੋਰਾ ਦਿਖਾ ਦਿਓ ਜੀ। ਫਾਰਮ ਵਾਲੀ ਵੈਡ ਬਾਈ ਕੋਲੇ ਜਿੱਥੋਂ ਬਾਈ ਜਾਂਦਾ ਦੱਸਦਾ ਵੀ ਆਈ ਆ, ਉਸ ਫਾਰਮ ਦੀ ਤੁਹਾਨੂੰ ਵੀਡੀਓ ਵੀ ਸਮੇਤ ਦੇ ਦਾਂਗੇ। ਉੱਥੋਂ ਸੂਈ ਸਵਾਈ ਬਾਈ ਨੇ ਲੈ ਕੇ ਆਉਂਦੀ ਹੈ। ਬਾਕੀ ਕੱਦ ਕਾਰਡ ਤੋਂ ਤੁਸੀਂ ਅੰਦਾਜ਼ਾ ਲਾ ਲਓ, ਥਣਾਂ ਦੇ ਸਾਈਜ਼ ਸੋਹਣੇ, ਚਾਰ ਹੀ ਥਣਾਂ, ਕੋਈ ਫੋਟ ਛਾਂਗ ਨਹੀਂ। ਹਵਾਨੇ ਤੋਂ ਜੱਜਮੈਂਟ ਲਾ ਲਓ ਵੀ ਕਿੰਨਾ ਦਾ, ਤਾਂ ਤੁਸੀਂ ਇਹ ਤੋਂ ਲੈ ਸਕਦੇ ਹੋ। ਹਵਾਨਾ ਨੇੜੇ ਤੋਂ ਦਿਖਾਉਂਦੇ ਆ, ਫੈਕਸ 'ਚ ਹਵਾਨੇ ਦੀ ਆ ਦੋਸਤੋ, ਦੇਖ ਸਕਦੇ ਹੋ। ਕੱਟ ਵਾਲਾ ਹਵਾਨਾ ਹੈਗਾ, ਮੁੱਠੀ ਵਾਲਾ ਥਣ, ਹੱਥੀ ਚਵਾਈ ਵਾਲਾ ਇੱਕੋ ਜਿਹੇ ਥਣ ਆ। ਮਗਰ ਇਹਦੇ ਵੱਛੀ ਆ ਬਈ, ਪਤਾ ਵੱਛੀ ਕਿਹੜੇ ਸੀਮਣ ਦੀ ਆ? ਨਹੀਂ, ਚੰਗੇ ਰਿਕਾਰਡ ਦੀ ਆ ਵੀਰੇ। ਠੀਕ ਆ, ਸਹੀ ਆ ਦੋਸਤੋ। ਬਾਈ ਨੇ ਲਿਆਂਦੀ ਆ ਸੀਮਣ, ਰਿਕਾਰਡ ਨਹੀਂ ਪਤਾ, ਵੈਸੇ ਚੰਗੀ ਹੋਊਗੀ। ਬਾਕੀ ਤੁਸੀਂ ਅੱਗੇ ਤੋਂ ਵੀ ਥਾਣਾ ਦੇ ਸੈੱਟ ਚੈੱਕ ਕਰ ਲਓ ਤੇ ਇੱਕ ਵਾਰੀ ਬਾਈ ਨੇੜੇ ਆ ਜੀ, ਕੱਦ ਕੱਟ ਦਾ ਅੰਦਾਜ਼ਾ ਹੋ ਜਾਊਗਾ। ਬਾਈ ਦੇ ਕੱਦ ਕੱਟ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਮੈਡ ਦੀ ਕੱਦ ਕੱਟ ਦਾ। ਤੇ ਇਹਦਾ ਬਾਈ ਮੁੱਲ ਕੀ ਰਹਿਣਾ ਲੱਗਾ? ਮੁੱਲ ਵੀਰੇ 75,000 ਰੁਪਏ। ਮਾਨਤਾਨ ਹੋ ਜਾਊਗਾ? ਮਾਨਤਾਨ ਹੋ ਜਾਊਗਾ। ਠੀਕ ਹੈ, ਸਹੀ ਹੈ ਦੋਸਤੋ। ਮੁੱਲ ਕੋਈ ਫਿਕਸ ਨਹੀਂ ਹੈਗਾ, ਮਾਨਤਾਨ ਤੁਹਾਡਾ ਹੋ ਜਾਊਗਾ, ਸੌਦਾ ਲਾਉਣ ਦੀ ਖੇਚਣ ਤੁਹਾਡੀ ਆ। ਅੱਗੇ ਚੱਲ ਗਏ ਬਾਈ, ਦੋ ਨੰਬਰ ਬਾਈ। ਇਹ ਵੀਰੇ, ਇਹ ਵੀਰੇ ਅਜੇ ਹੁਣੇ ਆਣ ਕੇ ਗੱਡੀ ਤੋਂ ਲੱਥੀਆਂ ਦੋਵੇਂ, ਇੱਕੋ ਕਰਵਾਈਆਂ, ਸਾਹਮਣੀ ਹੈਗੀ ਥੋੜੀ ਸਾਹਮਣਾ ਨੋਰਮਲ ਕਰਵਾਈਆਂ। ਠੀਕ ਆ। ਇਹਦੇ ਹਲੇ ਦੁੱਧ 8 ਕਿਲੋ ਚੋਗੇ ਲਿਆਂਦਾ, ਹੁਣ 7 ਕਿਲੋ ਦੀ ਆਪਣੀ ਗਾਰੰਟੀ ਹੈ। ਦੋ ਟਾਈਮ ਚੋਲੇ, 3 ਟਾਈਮ ਚੋਲੇ, ਬੱਚਾ ਨਹੀਂ ਹੈਗਾ। ਠੀਕ ਆ। ਤੋਕੜ? ਹਾਂਜੀ, ਤੋਕੜ। ਕਿਹੜਾ ਸੂਆ ਸੂਈ ਵੀ ਇਹ? ਸੂਈ ਦੂਜਾ ਹੀ ਹੈ, ਸੂਈ ਹੈ। ਠੀਕ ਆ। ਥਣਾ ਥੁਣਾ ਦੀ ਕਿਵੇਂ? ਥਣਾ ਦੀ ਓਕੇ ਵੀਰੇ, ਥਣ ਬਹੁਤ ਸੋਹਣਾ ਲੱਗਾ, ਮੱਝਾਂ ਵਾਲਾ ਥਣ ਲੱਗਾ। ਠੀਕ ਆ, ਤੋਰ ਦੋ ਦੋਸਤੋ। ਇਹ ਤੋਕੜ ਆ, ਇਹ ਵੀ ਸੂਈ ਵੀ ਆ, ਥੋੜੀ ਨਾ ਸਾਹਮ ਨਹੀਂ ਹੈਗੀ, ਨੋਰਮਲ ਕਰਵਾਈਆਂ। ਠੀਕ ਆ, ਸਹੀ ਆ ਦੋਸਤੋ। ਬਾਈ ਇਹਨਾਂ ਵੀ ਇਹ ਬੇਗੋਰੀ ਜੀ ਸੇਵਾ ਤੋਂ ਆਈਆਂ, ਨੋਰਮਲ ਕਰਵਾਈਆਂ। ਤੋਰਾ ਤੁਹਾਨੂੰ ਦਿਖਾ ਰਹੇ ਆ, ਦੂਜਾ ਸੂਆ, ਸੂਏ ਦੇ ਸਮੇਂ ਦਾ ਅੰਦਾਜ਼ਾ ਤੁਸੀਂ ਲਾ ਲਓ ਤੇ 7 ਲੀਟਰ ਦੁੱਧ ਤਿਆਰ ਆ ਦੋਨਾਂ ਟਾਈਮਾਂ ਦਾ। ਭਾਵੇਂ ਤੁਸੀਂ ਦੋ ਡੰਗ ਚੋਲੋ, ਸੂਈਆਂ ਸਵਾਈਆਂ ਦਾ ਇਹੀ ਫਾਇਦਾ ਹੁੰਦਾ, ਤੁਸੀਂ ਦੋ ਡੰਗ ਚੋ ਸਕਦੇ ਹੋ ਅਗਲੇ ਦੇ ਘਰੇ, ਤਾਂ ਕਿ ਵੇਚਣ ਵਾਲੇ ਨੂੰ ਵੀ ਤਸੱਲੀ ਹੋ ਜੇ ਤੇ ਲੈਣ ਵਾਲੇ ਨੂੰ ਵੀ ਤਸੱਲੀ ਹੋ ਜੇ। ਥਣਾਂ ਦੇ ਸਾਈਜ਼ ਦਿਖਾ ਰਹੇ ਆ, ਬਾਕੀ ਤੁਸੀਂ ਹਵਾਨੇ ਤੋਂ ਜੱਜਮੈਂਟ ਲਾ ਲਓ ਕਿੰਨਾ ਦੁੱਧ ਤੁਸੀਂ ਇਹਦਾ ਲੈ ਸਕਦੇ ਹੋ। ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਦਾ, 7 ਲੀਟਰ ਦੁੱਧ ਦਾ ਤਿਆਰ ਆ, ਹਵਾਨਾ ਦੇਖ ਸਕਦੇ ਨੇੜੇ ਤੋਂ। ਊਂ ਬਈ ਥਣਾ ਥੁਣਾ ਦੀ ਓਕੇ? ਹਾਂਜੀ ਵੀਰੇ। ਠੀਕ ਆ, ਸਹੀ ਆ ਦੋਸਤੋ। ਇੱਧਰ ਦੀ ਵੀ ਦਿਖਾਉਂਦੇ ਆ ਸਾਈਡ ਤੋਂ, ਲਓ ਜੀ ਕੈਮਰਾ ਨੇੜੇ ਕਰਕੇ ਦਿਖਾਤਾ ਵੀ ਪਸ਼ੂ ਸੀਲ ਸੋ ਪੂਰਾ ਤੁਹਾਨੂੰ ਅੰਦਾਜ਼ਾ ਹੋ ਜੇ। ਤੇ ਇਹਦਾ ਬਈ ਫਿਰ ਮੁੱਲ ਕੀ ਰਹਿਣਾ ਲੱਗਾ? ਮੁੱਲ ਤਾਂ ਵੀਰੇ ਨਿੱਕਾ ਜਾਂਦਾ, 12,000 ਰੁਪਏ ਦੀ। ਮਾਨਤਾਨ ਹੋ ਜਾਊਗਾ? ਮਾਨਤਾਨ ਹੋ ਜਾਊ ਵੀਰੇ। ਠੀਕ ਆ, ਸਹੀ ਆ ਦੋਸਤੋ। 12,000 ਡਿਮਾਂਡ ਆ, ਮਾਨਤਾਨ ਹੋ ਜਾਊਗਾ। ਅੱਗੇ ਚੱਲ ਗਏ ਬਈ, 3 ਨੰਬਰ ਬਈ। ਇਹ ਵੀ ਵੀਰੇ ਮਹੀਨਾ 1 ਦੀ ਕੱਚੀ ਆ। ਅੱਛਾ, ਗੱਬਣ? ਹਾਂਜੀ ਗੱਬਣ ਆ। ਕਿੰਨਵਾਂ ਸੂਆ ਸੁਣਦੀ ਆ? ਇਹ ਵੀ ਦੂਜਾ ਹੀ ਸੁਣਦੀ ਵੀਰੇ, ਇਹ ਵੀ ਲੱਸੀ ਆ ਫਿੱਕੀ ਆ, ਜਿਹੜਾ ਵੀਰ ਜਾ ਕੇ ਸਾਂਭ ਲੂਗਾ ਵੱਛੀਆਂ ਦੇ ਮੁੱਲ ਦੀ ਆ। ਠੀਕ ਆ, ਤੇ ਦੁੱਧ ਡਰਾਈ ਨਹੀਂ ਦਿੰਦੇ? ਹਾਂਜੀ ਦੁੱਧ ਡਰਾਈ। ਕੀ ਦੁੱਧ ਦਿੱਤਾ ਨੇ ਪਿਛਲੇ ਸਮੇਂ? ਦੁੱਧ ਦਿੱਤਾ 10 ਲੀਟਰ ਦਿੱਤਾ ਵੀਰੇ।
ਠੀਕ ਆ ਹਾਂਜੀ ਧੋਰ ਦੀ ਮਾੜਾ ਜਿਹਾ ਥਣਾ ਥਣਾ ਦੀ ਬਈ ਕਿਵੇਂ ਓਕੇ ਵੀਰੇ ਠੀਕ ਆ ਸਹੀ ਆ ਦੋਸਤੋ ਇਹ ਗੱਭਾ ਨਾ ਦੂਜਾ ਸੁਆ ਸੁਣਦੀ ਆ ਮਹੀਨੇ ਦੀ ਕੱਚੀ ਆ ਉਸ ਹਿਸਾਬ ਨਾਲ ਤੁਸੀਂ ਜਵਾਨਾਂ ਦੀ ਜੱਜਮੈਂਟ ਕਰ ਲਓ ਕਿਉਂਕਿ ਦੁੱਧ ਇਹ ਡਰਾਈ ਚੱਲਦੀ ਆ 10 ਲੀਟਰ ਨੇ ਦੁੱਧ ਪਿਛਲੇ ਸੂਏ ਦਿੱਤਾ ਹੋਇਆਗਾ ਐਤਕੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਦੁੱਧ ਤੁਸੀਂ ਇਹਦੋਂ ਲੈ ਸਕਦੇ ਹੋ ਕਿੰਨੀ ਤੁਸੀਂ ਸੇਵਾ ਕਰਕੇ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਹਾਂ ਥਣਾ ਵੱਲੋਂ ਓਕੇ ਆ ਠੀਕ ਆ 8 ਮਹੀਨੇ ਦੀ ਗੱਭਣਾ ਬਾਈ ਹਾਂਜੀ 8 ਮਹੀਨੇ ਠੀਕ ਆ ਚੈੱਕ ਪਾਸ ਆ ਚੈੱਕ ਪਾਸ ਵੀਰੇ ਜਿਹਨੇ ਲੈਣੀ ਚੈੱਕ ਕਰਾ ਕੇ ਲਿਆ ਠੀਕ ਆ ਸਹੀ ਆ ਦੋਸਤੋ ਨੇੜੇ ਤੋਂ ਤੁਹਾਨੂੰ ਥਣਾ ਦੇ ਸਾਈਜ਼ ਦਿਖਾ ਦੇ ਗੁਲਾਬੀ ਥਣਾ ਬਾਕੀ ਬਾਈ ਵੱਲੋਂ ਚੈੱਕ ਪਾਸ 8 ਮਹੀਨੇ ਦੀ ਗੱਭਣਾ ਮਹੀਨੇ ਦੀ ਕੱਚੀ ਆ ਤੁਸੀਂ ਚੈੱਕ ਪਾਸ ਕਰਾ ਕੇ ਲਿਜਾ ਸਕਦੇ ਹੋ ਤੇ ਇਹਦਾ ਬਾਈ ਮੁੱਲ ਕੀ ਰਹਿਣਾ ਲੱਗਾ ਇਹਦਾ ਮੁੱਲ ਵੀਰੇ ਨਿੱਕਾ ਆ ਕਿੰਨਾ ਮੁੱਲ 14,000 ਦੀ ਦੇ ਦੇਣੀ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਬਾਲਾ ਥੋੜੀ ਛੋਟ ਛਪਾ ਹੀ ਹੋਣਾ ਇਹਦੀ ਠੀਕ ਹੈ ਇਹਦਾ ਮੁੱਲ ਉਸ ਹਿਸਾਬ ਦਾ ਹਾਂਜੀ ਉਸ ਹਿਸਾਬ ਦਾ ਠੀਕ ਹੈ ਦੋਸਤੋ ਇਹਦੇ ਚ ਮਾਨਤਨ ਜ਼ਰੂਰ ਹੋਊਗਾ ਸਾਰਾ ਇਹਨੇ ਦੁੱਧ ਦਿੱਤੀ ਹੈ ਨਾ ਸਾਂਭਣ ਵਾਲੀ ਹੈ ਠੀਕ ਹੈ ਸਹੀ ਹੈ ਮਾਨਤਨ ਤੁਹਾਡਾ ਜ਼ਰੂਰ ਹੋਊਗਾ ਪਰ ਬਾਈ ਜਾਂਦਾ ਵੀ ਉਸ ਹਿਸਾਬ ਨਾਲ ਹੀ ਹੋਣਾਗਾ ਮਾੜਾ ਮੋਟਾ ਮਾਨਤਨ ਜ਼ਰੂਰ ਹੋਊਗਾ ਬਾਲਾ ਨਹੀਂ ਹੋਣਾ ਇਹਦੇ ਚੋਂ 14,000 ਇਹਦੀ ਡਿਮਾਂਡ ਆ ਤੇ ਅੱਜ ਦੀ ਵੀਡੀਓ ਵਿੱਚ 3 ਨਾਗ ਹੋਗੇ 2 ਨਾਗ ਦੋਸਤੋ ਸੂਏ ਸਵਾਏ ਆ ਤੇ 1 ਗੱਭਣ ਆ ਜਿਹੜਾ ਨਾਗ ਤੁਹਾਨੂੰ ਜੱਜੇ ਨੰਬਰ ਪਈ ਤਾਂ ਸਕਰੀਨ ਤੇ ਚੱਲੂਗਾ ਥੱਲੇ ਵਾਲੇ ਪਾਸੇ ਵੱਛੀ ਵਾਲੇ ਨਾਗ ਦੀ ਵੀ ਡਿਮਾਂਡ ਰਹਿੰਦੀ ਆ ਵੱਡੇ ਕੱਦ ਘਾਟ ਵਾਲੀ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ